ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਕਾਫੀ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ 700 ਪਲੱਸ ਆਪਣੇ ਚੈਨਲ ਦੇ ਵੀਡੀਓਜ਼ ਨੇ ਉਹ ਤੁਸੀਂ ਦੇਖ ਸਕਦੇ ਹੋ ਅੱਜ ਦੀ ਵੀਡੀਓ ਥੋਹਰ ਗਿਰਦਾਵਰੀ ਕੀ ਹੁੰਦੀ ਹੈ ਥੋਹਰ ਗਿਰਦਾਵਰੀ ਦੀਆਂ ਕਿਸਮਾਂ ਇਹ ਜਿਹੜੀ ਆਪਣੇ ਪਾਈ ਜਾਂਦੀ ਹੈ ਨਹਿਰੀ ਪਟਵਾਰੀ ਚ ਮੰਨ ਲਓ ਵੀ ਨਹਿਰੀ ਮਹਿਕਮੇ ਚ ਥੋਹਰ ਗਿਰਦਾਵਰੀ ਕੀ ਹੈ ਜਿਹੜਾ ਥੋਹਰ ਖੇਤਰ ਹੁੰਦਾ ਸਭ ਤੋਂ ਪਹਿਲਾਂ ਜਿਸ ਭੂਮੀ ਵਿੱਚ ਖਮੀਰ ਪੈਦਾ ਹੋ ਗਿਆ ਹੋਵੇ ਮੰਨ ਲਓ ਜਾ ਵੀ ਜਿਹੜੀ ਭੂਮੀ ਕਾਸ਼ਤ ਕਰਨੋਂ ਹਟ ਗਈ ਹੋਵੇ ਜਿਵੇਂ ਕਲਰ ਵਾਲਾ ਖੇਤ ਸੇਮ ਵਾਲਾ ਖੇਤ ਆਦ ਅਜਿਹੇ ਕਿਸਮਾਂ ਨੂੰ ਥੋਹਰ ਵਾਲੇ ਬਾਣ ਕਹਿਣ ਲੱਗ ਜਾਂਦੇ ਐ ਉਹਨਾਂ ਦੀ ਗਰਦਾਬਰੀ ਹੁੰਦੀ ਐ ਇਸ ਲਈ ਇਸ ਖੇਤਰ ਦੀ ਜਿਹੜੀ ਗਰਦਾਬਰੀ ਐ ਸੁਧਾਰਨ ਗਰਦਾਬਰੀ ਦੇ ਨਾਲ ਨਾਲ ਵੱਖਰੀ ਕੀਤੀ ਜਾਂਦੀ ਐ ਸੁਧਾਰਨ ਵੀ ਹੁੰਦੀ ਐ ਵੱਖਰੀ ਵੀ ਕੀਤੀ ਜਾਂਦੀ ਐ ਥੋਹਰ ਜਾਂ ਸੇਮ ਦਰਜ ਨਹੀਂ ਕੀਤਾ ਜਾਂਦਾ ਇਹਨਾਂ ਵਿੱਚ ਘਟੂ ਘਟ ਚੌਥਾ ਭਾਗ ਜਾਂ ਉਦੋਂ ਬਾਅਦ ਫਸਲ ਜੇ ਨਹੀਂ ਪੈਦਾ ਹੁੰਦੀ ਤਾਂ ਉਹ ਥੋਹਰ ਵਾਲੇ ਖੇਤਰ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਥੋਹਰ ਵਾਲੀਆਂ ਭੂਮੀਆਂ ਨੂੰ ਕਾਸ਼ਤ ਦੇ ਯੋਗ ਬਣਾਉਣ ਲਈ ਵੀ ਸਰਕਾਰ ਨੇ ਜਿਹੜੇ ਇੱਕ ਮਹਿਕਮਾ ਬਣਾਇਆ ਹੋਇਆ ਲੈਂਡ ਰੀਕਲੇਮੇਨੇਸ਼ਨਸ ਇਹ ਰੱਖਿਆ ਗਿਆ ਤਾਂ ਕਿ ਜਿਹਹੀਂ ਆ ਭੂਮੀ ਅਜਿਹੀਆਂ ਭੂਮੀਆਂ ਨੂੰ ਕਾਸ਼ਤ ਯੋਗ ਬਣਾਉਣ ਲਈ ਅਲੱਗ ਤਰ੍ਹਾਂ ਤੋਂ ਮੋਗੇ ਦਿੱਤੇ ਜਾਂਦੇ ਆ ਉਹਨਾਂ ਨੂੰ ਟਾਈਮ ਵੱਧ ਦਿੱਤਾ ਜਾਂਦਾ ਜਾਂ ਅਲੱਗ-ਅਲੱਗ ਮੋਗੇ ਦਿੱਤੇ ਜਾਂਦੇ ਆ ਉਹ ਏਰੀਆ ਨੂੰ ਉਹ ਖੇਤਰ ਨੂੰ ਜਿੱਥੇ ਵੀ ਜ਼ਮੀਨ ਹੈ ਜਿਹੜੀ ਕਲਰ ਵਾਲੀ ਜਾਂ ਖਰਾਬ ਹੋ ਰਹੀ ਇਹਨੂੰ ਥੋਹਰ ਗਰਦਾਵਰੀ ਕਿਹਾ ਜਾਂਦਾ ਥੋਹਰ ਗਰਦਾਵਰੀ ਹਰ ਸਾਲ ਜਿਹੜੀ ਖਾੜੀ ਦੇ ਸਮੇਂ ਨੇਰੀ ਪਟਵਾਰੀ ਹੈ ਜਿਹੜਾ ਕਰਦਾ ਹੈਗਾ ਸਾਰੇ ਖੇਤਰ ਦੇ ਨਾਲ ਨਾਲ ਹੁਣ ਅੱਗੇ ਗੱਲ ਕਰਦੇ ਵੀ ਥੋਹਰ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਨੇ ਜਿਵੇਂ ਕਿ ਕਿਹੜੀਆਂ-ਕਿਹੜੀਆਂ ਕਿਸਮਾਂ ਕੀਤੀਆਂ ਹੋ ਇਹਦੇ ਵਿੱਚ ਪਾਗਾਂ ਜਾਂਦੀਆਂ ਨੇ ਥੋਹਰ ਗਿਰਦਾਵਰੀ ਦੇ ਵਿੱਚ ਅਲੱਗ-ਅਲੱਗ ਵੰਡ ਕੇ ਹਾਂਜੀ ਪਹਿਲੀ ਕਿਸਮ ਆ ਗਈ ਥੋਹਰ ਪੰਜ ਸਾਲਾਂ ਅਜਿਹਾ ਥੋਹਰ ਵਾਲਾ ਖੇਤਰ ਜਿਹੜੇ ਪਿਛਲੇ 5 ਸਾਲ ਦਾ ਸਮਾਂ ਜਿਹੜਾ ਬੀਤਣ ਤੋਂ ਪਹਿਲਾਂ ਤਾਂ ਕਾਸ਼ਤ ਉਹ ਤੇ ਹੁੰਦੀ ਹੋਵੇ ਪਰ ਹੁਣ ਜਿਹੜੀ ਉਹ ਕਾਸ਼ਤ ਦੇ ਅਯੋਗ ਹੋ ਗਿਆ ਵੀ 5 ਸਾਲ ਪਹਿਲਾਂ ਤੋਂ ਚ ਫਸਲ ਹੁੰਦੀ ਸੀ ਹੁਣ ਹੁਣ ਉਹ हट ਗਈ ਤਾਂ ਇਹਨੂੰ ਇਹ ਲਿਖਣਾ ਪੈਂਦਾ ਉੱਥੇ ਵੀ 5 ਸਾਲਾ ਥੋਹਰ ਵੀ ਪਹਿਲਾਂ ਇਹ ਹੁੰਦੀ ਸੀ ਹੁਣ ਇਹ ਜਿਹੜੀ ਕਿਹੜੇ ਸਾਲ ਵੀ ਜਿਵੇਂ ਕਾਸ਼ਤ ਦੇ ਅਯੋਗ ਹੀ ਹੋ ਗਈ ਉਸ ਤੋਂ ਪਹਿਲਾਂ ਇਹ ਤੇ ਕਿਹੜੇ ਸਾਲ ਕਾਸ਼ਤ ਹੋਈ ਸੀ ਉਹਨੂੰ 5 ਸਾਲਾ ਥੋਹਰ ਕਿਹਾ ਜਾਂਦਾ ਹੈ ਹੁਣ ਅੱਗੇ ਆ ਜੀ ਨਮੀ ਥੋਹਰ ਨਮੀ ਥੋਹਰ ਉਹ ਖੇਤਰ ਜੋ ਹੁਣੇ-ਹੁਣੇ ਹੀ ਥੋਹਰ ਵਾਲਾ ਬਣ ਗਿਆ ਵੀ ਜਿਹਦੇ ਵਿੱਚ ਹੁਣ ਮੌਕੇ ਦੇ ਟਾਈਮ ਤੇ ਫਸਲ ਹੋਣੀ ਬੰਦ ਹੋ ਗਈ ਹੋਵੇ ਅਗਲਾ ਆ ਗਿਆ ਜੀ ਥੋਹਰ ਜੁਜਬੀ ਅਜਿਹੇ ਖੇਤਰ ਜਾਂ ਖੇਤ ਜਿਸ ਦਾ ਕੁਝ ਭਾਗ ਤਾਂ ਥੋਹਰ ਵਿੱਚ ਆ ਚੁੱਕਿਆ ਹੋਵੇ ਪਰੰਤੂ ਫਿਰ ਵੀ ਉਹਦੇ ਵਿੱਚ ਕਾਸ਼ਤ ਹੋ ਰਹੀ ਹੋਵੇ ਮੰਨ ਲਓ ਬਾਣ ਦਾ ਕੁਝ ਹਿੱਸਾ ਖਰਾਬ ਹੋ ਜੀ ਅਗਲੀ ਕਿਸਮ ਆ ਗਈ ਜੀ ਥੋਹਰ ਪ੍ਰਾਣੀ ਭਾਵ ਅਜਿਹੇ ਖੇਤਰ ਜਿਸ ਦੇ ਵਿੱਚ ਹੁਣ ਕਾਸ਼ਤ ਨਾ ਹੋਈ ਹੋਵੇ ਬਹੁਤ ਟਾਈਮ ਹੋ ਗਿਆ ਹੋਵੇ ਜਿਹਦੇ ਵਿੱਚ ਕਾਸ਼ਤ ਯੋਗ ਨਾ ਰਿਹਾ ਉਹ ਵੀ ਮੰਨ ਲਓ ਵੀ ਜਾਦੇ ਖਰਾਬ ਹੋ ਗਈ ਹੋਵੇ ਜਾਂ ਕਾਸ਼ਤ ਦੇ ਉਜੋਗ ਹੋ ਗਈ ਹੋਵੇ ਅਗਲਾ ਆ ਗਿਆ ਜੀ ਥੋਹਰ ਤਿੜਕ ਜਿੰਨਾ ਖੇਤਰਾਂ ਵਿੱਚ ਥੋਹਰ ਦਾ ਪ੍ਰਭਾਵ ਹੋ ਚੁੱਕਾ ਹੈ ਪਰੰਤੂ ਇਹ ਦਿਖਾਈ ਨਾ ਦਿੰਦਾ ਹੋਵੇ ਮੰਨ ਲਓ ਵੀ ਥੋੜਾ ਬਹੁਤ ਕਾਸ਼ਤ ਘਟ ਗਈ ਹੋਵੇ ਤੇ ਪਰ ਅਜਿਹੇ ਖੇਤਾਂ ਦਾ ਨਰਾਜ ਕਰਨ ਲਈ ਸੂਜ ਵੀ ਬੂਝ ਵਾਲੀ ਗਰਦੌਰੀ ਵੀ ਕਿਹਾ ਜਾਂਦਾ ਥੋੜ ਕੇਵਲ ਕਾਸ਼ਤਕਾਰ ਦੇ ਕਹਿਣ ਤੇ ਕਿਸੇ ਖੇਤ ਦਾ ਥੜਕ ਮੰਨ ਲੋ ਵੀ ਦਰਜ ਨਹੀਂ ਕੀਤਾ ਜਾ ਸਕਦਾ ਉਹਦੀ ਪੂਰੀ ਗੌਰ ਨਾਲ ਆ ਜਿਹੜੀ ਕੀਤੀ ਜਾਵੇ ਜਿਵੇਂ ਕਿ ਨੁਕਸਾਨ ਹੋਣਾ ਸ਼ੁਰੂ ਹੋ ਚੁੱਕਿਆ ਪਰ ਇਹਨਾਂ ਦਿਖਾਈ ਨਾ ਹੁੰਦਾ ਹੋਵੇ ਵਿਕਾਸਤ ਘਟ ਹੁੰਦੀ ਹੋਵੇ ਫਸਲ ਦੇਖਣ ਨੂੰ ਠੀਕ ਲੱਗਦੀ ਹੋਵੇ ਉਹਨੂੰ ਥੋੜ ਕਿਹਾ ਜਾਂਦਾ ਅਗਲਾ ਆ ਗਿਆ ਇਹ ਆਪਣਾ ਥੋਰ ਐਕਲੀਮੇਸ਼ਨ ਮੈਂ ਇੱਕ ਮਾ ਜਿਹੜਾ ਲੈਂਡ ਐਕਲੀਮੇਸ਼ਨ ਵਾਲਾ ਥੋਰ ਵਾਲੇ ਕਿ ਜਿਹੜੇ ਖੇਤਰ ਆ ਉਹਨਾਂ ਨੂੰ ਕਾਸ਼ਤਕਾਰਨ ਜੋਗ ਬਣਾਉਣ ਲਈ ਵਦੇਰੇ ਨਹਿਰੀ ਪਾਣੀ ਦਿੱਤਾ ਜਾਂਦਾ ਵੱਖਰੇ ਮੋਗੇ ਬਣਾਏ ਜਾਣ ਉਹਨੂੰ ਥੋਹਰ ਐਕਲੀਮੇਸ਼ਨ ਕਿਹਾ ਜਾਂਦਾ ਜਿੱਥੇ ਜਿਆਦਾ ਨੁਕਸਾਨ ਹੁੰਦਾ ਕਲਰ ਵਾਲੇ ਖੇਤਾਂ ਦਾ ਜੈ ਵੀ ਐਦਾ ਥੋਹਰ ਦਾ ਤਾਂ ਉੱਥੇ ਉਹਨਾਂ ਨੂੰ ਅਲੱਗ-ਅਲੱਗ ਮੋਗੇ ਦਿੱਤੇ ਜਾਂਦੇ ਨੇ ਇਹ ਕਾਨੂੰਨ ਹੈਗਾ ਤਾਂ ਇਹ ਆਪਣੀ ਸੀਗੀ ਜੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਬਹੁਤ ਸਾਰੀਆਂ ਆਪਣੇ ਚੈਨਲ ਤੇ categories ਦੇ ਹਿਸਾਬ ਨਾਲ ਵੀਡੀਓਜ਼ ਨੇ 700+ ਉਹ ਤੁਸੀਂ ਪਲੇਲਿਸਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਅਲੱਗ-ਅਲੱਗ ਤਰੀਕੇ ਨਾਲ ਦੇਖ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਜੀ ਧੰਨਵਾਦ ਜੀ ਕੋਈ ਸਵਾਲ ਆ ਸੁਝਾਅ ਕਮੈਂਟ ਕਰ ਸਕਦੇ ਹੋ